ਅੱਜ ਹਰ ਇਨਸਾਨ ਪੌਦਿਆਂ ਦੀ ਮਹੱਤਵਤਾ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਬਹੁਤੇ ਲੋਕਾਂ ਦੀ ਕੋਸ਼ਿਸ਼ ਵੀ ਹੁੰਦੀ ਹੈ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਧਰਤੀ ਨੂੰ ਸ਼ਿੰਗਾਰਿਆ ਜਾਵੇ। ਪਰ ਬਹੁਤੇ ਲੋਕਾਂ ਦਾ ਮਨ ਤਾਂ ਕਰਦਾ ਹੈ ਕਿ ਉਹ ਪੌਦੇ ਲਗਾਉਣ, ਪਰ ਇਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ, ਜਿਸ ਕਾਰਨ ਜਿਹੜੇ ਪੌਦਿਆਂ ਨੂੰ ਬੜੀ ਰੂਹ ਦੇ ਨਾਲ ਲਗਾਇਆ ਜਾਂਦਾ ਹੈ ਉਹ ਵੀ ਮਰ ਜਾਂਦੇ ਹਨ। ਅੱਜ ਪੌਦਿਆਂ ਸੰਬੰਧੀ ਜਾਣਕਾਰੀ ਲੈਣ ਲਈ ਤੁਹਾਡੇ ਰੂਬਰੂ ਇੱਕ ਮਾਹਰ ਨੂੰ ਮੈਂ ਕਰ ਰਿਹਾ ਹਾਂ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇੱਕ ਨਰਸਰੀ ਦੇ ਵਿੱਚ ਕੰਮ ਕਰ ਰਿਹਾ ਹੈ। ਇਸ ਤੋਂ ਜਾਣਕਾਰੀ ਆਪਾਂ ਲਵਾਂਗੇ ਕਿਹੜੀ ਰੁੱਤ ਦੇ ਵਿੱਚ ਕਿਹੜਾ ਪੌਦਾ ਲਗਾਉਣਾ ਚਾਹੀਦਾ ਹੈ, ਕਦੋਂ ਉਸਨੂੰ ਰੇਤ ਖਾਦ ਪਾਉਣੀ ਚਾਹੀਦੀ ਹੈ, ਕਿੰਨਾ ਪਾਣੀ ਪਾਉਣਾ ਚਾਹੀਦਾ ਹੈ। ਨਾਲ ਹੀ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਫਲਦਾਰ ਪੌਦੇ ਨੇ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਹੈ, ਕਿਵੇਂ ਉਹਨਾਂ ਨੂੰ ਲਗਾਉਣਾ ਹੈ, ਕਦੋਂ ਕਦੋਂ ਉਹਨਾਂ ਦੇ ਵਿੱਚ ਜਿਹੜੀ ਇਹ ਖਾਦ ਪਾਉਣੀ ਹੈ, ਇੱਥੋਂ ਤੱਕ ਕਿ ਬਦਾਮ ਦੇ ਪੌਦੇ ਨੂੰ ਆਪਾਂ ਕਿਵੇਂ ਬੀਜਣਾ ਹੈ, ਕਿਵੇਂ ਉਹਦੀ ਦੇਖਭਾਲ ਕਰਨੀ ਹੈ, ਕਿਸ ਤਰ੍ਹਾਂ ਉਸਦੇ ਉੱਤੋਂ ਆਪਾਂ ਫਲ ਲੈ ਕੇ ਮੋਟਾ ਮੁਨਾਫਾ ਕਮਾ ਸਕਦੇ ਹਾਂ। ਪੂਰੀ ਜਾਣਕਾਰੀ ਲਈ ਇਹ ਵੀਡੀਓ ਅਖੀਰ ਤੱਕ ਦੇਖੋ ਅਤੇ ਸ਼ੇਅਰ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਸ ਟਾਈਮ ਬਰਨਾਲਾ ਸ਼ਹਿਰ ਦੀ ਦੁਰਗਾ ਨਰਸਰੀ ਦੇ ਵਿੱਚ ਖੜ੍ਹਾ ਹਾਂ। ਇਹ ਨਰਸਰੀ ਬਾਰੇ ਜੇ ਮੈਂ ਤੁਹਾਨੂੰ ਦੱਸਾਂ ਤਾਂ ITI ਚੌਂਕ ਤੋਂ ਜਦੋਂ ਆਪਾਂ ਕਚਹਿਰੀ ਚੌਂਕ ਵੱਲ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇਹ ਨਰਸਰੀ ਖੱਬੇ ਹੱਥ ਆਉਂਦੀ ਹੈ। ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਮਿੱਤਰ ਦੇ ਨਾਲ ਇੱਥੇ ਪੌਦੇ ਲੈਣ ਆਇਆ ਸੀ। ਜਿਹੜਾ ਨਰਸਰੀ ਦਾ ਮਾਲਕ ਹੈ, ਜਿਹੜਾ ਇੱਥੋਂ ਦਾ ਦੇਖਭਾਲ ਕਰਦਾ ਸਾਰੀ, ਉਸ ਵੀਰ ਨਾਲ ਗੱਲਾਂ ਬਾਤਾਂ ਜਦੋਂ ਕੀਤੀਆਂ ਤਾਂ ਪਤਾ ਲੱਗਿਆ ਉਹ ਵੀਰ ਇਕੱਲਾ ਪੌਦੇ ਵੇਚਦਾ ਹੀ ਨਹੀਂ, ਉਹ ਇੱਕ ਵਾਤਾਵਰਨ ਪ੍ਰੇਮੀ ਵੀ ਆ। ਪੌਦੇ ਨੂੰ ਬੜੇ ਇੱਕ ਤਰ੍ਹਾਂ ਦਾ ਨਾ ਪਿਆਰ ਦੇ ਨਾਲ ਉਹਨਾਂ ਨੂੰ ਦੇਖਦਾ ਆ, ਸਾਰਾ ਕੁਛ ਉਹਦੇ ਬਾਰੇ ਨੌਲੇਜ ਵੀ ਰੱਖਦਾ ਆ। ਇਸੇ ਗੱਲ ਕਰਕੇ ਮੈਨੇ ਇਹਦਾ ਵੀਰ ਦਾ ਜਿਹੜਾ ਉਹ ਇੰਟਰਵਿਊ ਕਰਨਾ ਜ਼ਰੂਰੀ ਸਮਝਿਆ, ਤਾਂ ਜੋ ਜਿਹੜੀ ਜਾਣਕਾਰੀ ਮਿਲੂਗੀ ਉਹ ਸਾਡੇ ਨਾਲ ਵੀ ਅੱਗੇ ਮੈਂ ਤੁਹਾਡੇ ਨਾਲ ਅੱਗੇ ਸਾਰੀ ਸਾਂਝੀ ਕਰ ਸਕਾਂ, ਤਾਂ ਜੋ ਆਪਾਂ ਪੌਦੇ ਲਾਉਣ ਦੇ ਵਿੱਚ ਜਿਹੜੀ ਆ ਉਹ ਆਪਾਂ ਨੂੰ ਪਤਾ ਲੱਗ ਸਕੇ ਕਿਹੜਾ ਪੌਦਾ ਕਿਵੇਂ ਲਾਉਣਾ ਆ, ਕਦੋਂ ਉਹਦੀ ਸਹੂਲਤ ਜਿਹੜਾ ਉਹਨੂੰ ਦੀ ਦੇਖਭਾਲ ਆਪਾਂ ਜਿਵੇਂ ਉਹਦੀ ਕਰਨੀ ਆ। ਆਓ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਦੁਰਗਾ ਨਰਸਰੀ ਦੇ ਵਿੱਚ। ਆ ਜਾਓ ਜੀ, ਆਹ ਦੁਰਗਾ ਨਰਸਰੀ ਆ ਜੀ। ਇੱਧਰ ਤੁਸੀਂ ਚਾਰੇ ਪਾਸੇ ਦੇਖੋ, ਪੌਦੇ ਲੱਗੇ ਹੋਏ ਨੇ, ਗਮਲੇ ਪਏ ਨੇ ਲੱਗੇ ਹੋਏ ਨੇ ਪਿੱਛੇ, ਸਾਰੇ ਉੱਥੇ ਪੌਦੇ ਪੌਦੇ ਪਏ ਨੇ। ਕਈ ਤਰ੍ਹਾਂ ਦੇ ਇੱਥੇ ਪੌਦੇ ਲੱਗੇ ਹੋਏ ਨੇ, ਕਈ ਅਜਿਹੇ ਵੀ ਪੌਦੇ ਨੇ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਮਨ ਦੇ ਵਿੱਚ ਇਹ ਵੀ ਆ ਕਿ ਯਾਰ ਵੀ ਸਾਡੇ ਇੱਥੇ ਪੰਜਾਬ 'ਚ ਹੋਣਾ ਨਹੀਂ, ਪਰ ਉਹਨਾਂ ਪੌਦਿਆਂ ਨੂੰ ਲਾ ਕੇ ਅਸੀਂ ਮੋਟੀ ਕਮਾਈ ਵੀ ਕਰ ਸਕਦੇ ਹਾਂ। ਸਾਰਾ ਕੁਛ ਤੁਹਾਨੂੰ ਅਗਲੀ ਜਿਹੜੀ ਅੱਗੇ ਇੰਟਰਵਿਊ ਦੇ ਵਿੱਚ ਵੀਰ ਤੋਂ ਆਪਾਂ ਸਵਾਲ ਜਵਾਬ ਕਰਾਂਗੇ, ਉਹਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਹਾਲ ਆ ਜੀ? ਹੋਰ ਠੀਕ ਠਾਕ ਹੋ? ਅੱਜ ਬੈਠੋ, ਉੱਧਰ ਹੀ ਚੱਲੀਏ। ਚਲੋ ਉੱਧਰ ਹੀ ਚੱਲੋ, ਕਹਿੰਦੇ ਪੌਦਿਆਂ ਵਾਲੀ ਸਾਈਡ 'ਤੇ ਆ ਜਾਓ, ਉੱਧਰ ਕਰਦੇ ਹਾਂ ਗੱਲਬਾਤ ਇਹਨਾਂ ਨਾਲ ਆਪਾਂ। ਹੋਰ ਠੀਕ ਠਾਕ ਹੋ? ਪਹਿਲਾਂ ਤਾਂ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਟਾਈਮ ਦਿੱਤਾ। ਨਹੀਂ, ਤੁਹਾਡੇ ਕਰਕੇ ਬੈਠੇ ਹਾਂ। ਕੀ ਨਾਮ ਕੀ ਤੁਹਾਡਾ ਜੀ? ਮੁਸਾਫਿਰ ਚੌਧਰੀ। ਮੁਸਾਫਿਰ ਚੌਧਰੀ, ਇਹ ਤੁਸੀਂ ਜਿਹੜੇ ਕਿੰਨੀ ਕੁ ਦੇਰ ਤੋਂ ਕੰਮ ਕਰ ਰਹੇ ਹੋ ਪੌਦਿਆਂ ਦਾ? ਮੈਂ ਘੱਟੋ ਘੱਟ ਜੀ ਐਂ ਲਾ ਕੇ ਚੱਲੋ ਵੀ 20-25 ਸਾਲ ਤੋਂ ਕਰ। 20-25 ਸਾਲ ਤੋਂ, ਮਗਰ ਮਤਲਬ ਵੀ ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਤੁਸੀਂ ਪੌਦਿਆਂ ਨੂੰ ਸਮਰਪਿਤ ਕੱਢਤਾ ਜੀ। ਅੱਛਾ, ਹੁਣ ਆਪਾਂ ਜਾਣਕਾਰੀ ਲੈਣੀ ਹੈ ਇੱਕ, ਕਿਉਂਕਿ ਹੁਣ ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਪੌਦੇ ਲਗਾਉਣ ਵੱਲ ਉਹਨਾਂ ਦੀ ਰੁਚੀ ਵਧੀ ਆ। ਪਹਿਲਾਂ ਜਿਵੇਂ ਇੱਕਦਮ ਚਾਰੇ ਪਾਸੇ ਵੱਢਣ ਲੱਗ ਗਏ ਸੀਗੇ, ਹੁਣ ਸੋਸ਼ਲ ਮੀਡੀਆ ਰਾਹੀਂ ਵੀ ਜਾਗਰੂਕ ਹੋਏ ਨੇ ਲੋਕ, ਨਾ ਪਤਾ ਲੱਗ ਗਿਆ ਵੀ ਆਕਸੀਜਨ ਦੀ ਕੀ ਮਹੱਤਵਤਾ ਆ। ਪੌਦਾ ਜਿਹੜਾ ਆ ਕਿਸ ਮੌਸਮ ਦੇ ਵਿੱਚ ਲਾਉਣਾ ਚਾਹੀਦਾ, ਸਾਲ ਦੇ ਵਿੱਚ ਕਦੋਂ ਆਪਾਂ ਲਾਈਏ ਵੀ ਜਿਹੜਾ ਉਹਦਾ ਨੁਕਸਾਨ ਨਾ ਹੋਵੇ ਪੌਦੇ ਦਾ, ਵਧੇ ਹੋਲੇ ਹੋ? ਪੌਦਾ ਜੀ ਫਰਵਰੀ ਦੇ ਟਾਈਮ ਲਾਓ ਜੀ, ਜਾਂ ਮਤਲਬ ਸਾਉਣ ਦੇ ਮਹੀਨੇ ਲਾਓ। ਅੱਛਾ, ਵੈਸੇ ਤਾਂ ਹੁਣ ਹਮੇਸ਼ਾ ਹੀ ਲੱਗਦਾ, ਕਿਉਂਕਿ ਫਰਵਰੀ ਅਤੇ ਸਾਉਣ ਦਾ ਮਤਲਬ ਇਹ ਹੈ ਵੀ ਜਿਹੜਾ ਪੌਦਾ ਆਪਾਂ ਜ਼ਮੀਨ 'ਚ ਪੱਟ ਕੇ ਲਾਉਣਾ ਉਹਦਾ ਫਰਵਰੀ ਅਤੇ ਸਾਉਣ ਦਾ ਮਹੀਨਾ ਹੁੰਦਾ। ਠੀਕ ਹੈ। ਹੁਣ ਅੱਜ ਕੱਲ੍ਹ ਰੈਡੀਮੇਡ ਬੈਗਾਂ ਦੇ ਵਿੱਚ ਆ ਰਹੇ ਨੇ ਪੌਦੇ, ਇਹਨਾਂ ਨੂੰ ਤੁਸੀਂ ਜਦੋਂ ਮਰਜ਼ੀ ਲਾਓ, ਕੋਈ ਦਿੱਕਤ ਨਹੀਂ। ਠੀਕ ਹੈ, ਹਾਂਜੀ। ਵੈਸੇ ਇਹ ਸਾਉਣ ਦੇ ਮਹੀਨੇ ਜਾਂ ਫਰਵਰੀ ਮਹੀਨੇ ਤੇਜ਼ੀ ਨਾਲ ਵੱਧਦੇ, ਮੀਂਹ ਕਣੀ ਆ ਜਾਂਦੇ ਜੀ, ਪੁਰਾਣੇ ਪੱਤੇ ਡਿੱਗ ਪਏ, ਨਵੇਂ ਆ ਗਏ ਜੀ, ਵੈਸੇ ਕੋਈ ਦਿੱਕਤ ਨਹੀਂ। ਮਤਲਬ ਜਿਹੜਾ ਸਾਉਣ ਦੇ ਮਹੀਨੇ 'ਚ ਇਹਨਾਂ ਨੂੰ ਜਿਹੜੀ ਉਹ ਐਨਰਜੀ ਜਿਹੜੀ ਉਹ ਮਿਲਦੀ ਜ਼ਿਆਦਾ ਮਿਲਦੀ ਹੈ, ਪਾਣੀ ਦੀ ਲੋੜ ਨਹੀਂ ਪੈਂਦੀ ਬਾਹਲੀ, ਮੀਂਹ 'ਚ ਪੌਦੇ ਤੇਜ਼ੀ ਨਾਲ ਵੱਧਦੇ, ਕੁਦਰਤੀ ਤੌਰ 'ਤੇ ਪਾਣੀ ਵਗੈਰਾ ਇਹਨਾਂ ਨੂੰ ਮਿਲਦਾ ਰਹਿੰਦਾ ਹੈ। ਅਤੇ ਫਰਵਰੀ ਦੇ ਵਿੱਚ ਕੀ, ਫਰਵਰੀ 'ਚ ਠੰਡ ਹੁੰਦੀ ਨਾਲੇ? ਫਰਵਰੀ 'ਚ ਇਹ ਜੀ ਮਤਲਬ ਸਾਰੇ ਪੌਦਿਆਂ 'ਤੇ ਪਤਝੜ ਹੋਇਆ ਹੁੰਦਾ ਜੀ, ਠੀਕ ਹੈ, ਜਿੱਡਾ ਮਰਜ਼ੀ ਪੌਦਾ ਤੁਸੀਂ ਵੱਢ ਕੇ ਲਾ ਦਿਓ ਚੱਲ ਪੈਂਦੇ। ਠੀਕ ਹੈ, ਉਹ ਪੱਤੇ ਦੁਬਾਰ੾ ਆਉਣੇ ਹੀ ਆਉਣੇ, ਆਉਣੇ 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 ਆਉਣੇ, ਜਿਵੇਂ ਪਾਪੂਲਰ ਆ ਜਾਂ ਮਤਲਬ ਕੋਈ ਨਿੰਮ ਆ ਜਾਂ ਡੇਕ ਆ, ਜਿੱਡੀ ਮਰਜ਼ੀ ਤੂਤ ਆ, ਜਿੱਡਾ ਮਰਜ਼ੀ ਦਰਖਤ ਪੱਟ ਕੇ ਲਾ ਦਿਓ, ਉਦੋਂ ਫੁੱਟ ਪੈਂਦੇ। ਠੀਕ ਹੈ, ਠੀਕ, ਜੇ ਹੁਣ ਤੁਸੀਂ ਪੱਟ ਕੇ ਲਾਓਗੇ ਹੁਣ ਨਹੀਂ ਚੱਲਦੇ। ਠੀਕ ਹੈ, ਠੀਕ ਹੈ। ਅੱਛਾ, ਇੱਕ ਹੋਰ ਮੈਨੂੰ ਜਾਣਕਾਰੀ ਦਿਓ, ਘਰਾਂ ਦੇ ਵਿੱਚ ਪੌਦੇ ਨਾ ਸਜਾਵਟ ਵਾਲੇ ਲਾਉਣ ਦਾ ਬੜਾ ਰੁਝਾਨ ਅੱਜ ਕੱਲ੍ਹ, ਵੀ ਕਿਸ ਤਰ੍ਹਾਂ ਦਾ ਪੌਦਾ ਜਿਹੜਾ ਹੈ ਵੀ ਉਹ ਗਮਲੇ ਵਿੱਚ ਲਾਇਆ ਜਾ ਸਕਦਾ ਆ,
ਵੀ ਕਿਹੜਾ ਪੌਦਾ ਆ ਉਹ ਆਪਾਂ ਸਿੱਧਾ ਧਰਤੀ 'ਚ ਲਾ ਸਕਦੇ ਹਾਂ। ਸਾਨੂੰ ਪੌਦਿਆਂ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਦਿਓ ਵੀ ਆਹ ਪੌਦਾ ਕਿਹੜਾ ਹੈ ਵੀ ਹੈ ਨਾ। अच्छा तो आप वीर तो पुछते भी कि पौधा भी आप सीधे तौर पर भी धरती चला सकते हैं भी कि पौधे आप गमले ही जोड़ा है वह सही रहा है वो आप जानकारी लेंगे इन्होंने को क्योंकि कई प्रकार के इतने को सजावट वाले पौधे ने जोड़े वह इतने लगे हुए ने आई देख रहे हो सारे। एक मिनट मैं आ जाओ कोल आ लाना थोड़े इधर आ जाते मैं। हाँ जी जिहड़े तो मतलब तुसी अंदर लाने पौधे बरांडे च वाले प्लांट ने सारे जी। अच्छा। जिस तरह एरोकेरिया एरोकेरिया जी एरोकेरिया हाँ जी जिमें सौफ इंडिया सौफ इंडिया अच्छा रैबिस है। अच्छा जी थोड़ा जा हौली हौली चलो सानू नाल लेके रखो आवाज़ फिर थोड़ी ये आनी चाहिए है ना। स्कोटिया पाम है जिहड़ा वड्डा है स्कोटिया पाम है। हाँ जी ਹੋਰ ਦੇਖ ਲਓ ਕਿੰਨੇ ਪੌਦਿਆਂ ਦਾ ਭੰਡਾਰ ਆ ਪੂਰਾ ਇੱਥੇ। ਹਾਂਜੀ ਆਹ ਕਿਹੜਾ ਜੀ ਹੈ ਸਟੀਫਨ ਬੇਸੀਆ ਜੀ। ਅੱਛਾ गमले च भी लग जू जी जमीन च भी लग जू गमले च ला के छावे रखना पूगा। अच्छा जमीन च लाओगे तो धुप थोड़ा बहुत मतलब सुख के दुबारे चल पे दुबारे चल पा ऑक्सीजन आ जिहड़ा है 24 घंटे दिंदा है। हांजी हां दोस्तों आ जिहड़ा पौधा आ जिवें वीर ने दस्या आ इह गमले च भी लग जांदा आ जे तां तुसीं छावें रखना है फिर तां गमले दे विच इह सही रहिंदा आ भी जे तुसीं इहनूं धरती च लाउणा आ ते धुप्प दे विच लग जांदा आ पर इह मुरझाउण तों बाद फिर चल पाउंदा आ। इहदी खासियत जिहड़ी गल इह आ कि 24 घंटे जिहड़ी इह ऑक्सीजन दिंदा आ इस हिसाब नाल तां इह अंदर लाउण वास्ते बहुत वधिया जी। हांजी दफ्तरां दे विच लाउणा होवे जां कमरियां दे विच लाउणा होवे है ना जी। हांजी बेडरूम वगैरह च खुंजी च रख सकदे कोई दिक्कत नहीं। ठीक है। अच्छा जिहड़े कोई फुल्लां वाले पौधे हुंदे ने जी ਉਹਦੇ ਵਾਸਤੇ ਲੋਕਾਂ ਨੂੰ ਕਿਹੜੀ ਰੁੱਤ ਦਾ ਧਿਆਨ ਰੱਖਣਾ ਚਾਹੀਦਾ ਆ ਕਿਹੜੇ ਮਤਲਬ ਗਮਲੇ 'ਚ ਜਾਂ ਕਿਵੇਂ ਗਮਲੇ 'ਚ ਜਿਹੜੇ ਵੀ ਫੁੱਲ ਵਾਲੇ ਪੌਦੇ ਨੇ ਉਹ ਹੁੰਦੇ ਜ਼ਿਆਦਾਤਰ ਸੀਜ਼ਨਲ ਪਲਾਂਟ ਜੀ। ਠੀਕ ਹੈ ਜਿਵੇਂ ਹੁਣ ਸਰਦੀ ਆ ਜੋ ਹਜ਼ਾਰਾਂ ਹੀ ਬੂਟੇ ਹੋਣਗੇ ਜੀ ਫੁੱਲਾਂ ਵਾਲੇ। ਠੀਕ ਹੈ ਅਤੇ ਜੇ ਪੱਕੇ ਤਿਆਰੀ ਤੁਸੀਂ ਬੂਟਾ ਲਾਉਣਾ ਜਿਵੇਂ ਗੁਲਾਬ ਆ ਚਾਂਦਨੀ ਆ ਰਾਤ ਰਾਣੀ ਆ ਮੋਤੀ ਆ ਜਾਂ ਸਿੰਗਲ ਚਾਂਦਨੀ ਡਬਲ ਚਾਂਦਨੀ ਜਟਰੂਪਾ ਵਗੈਰਾ ਇਹ ਪੱਕੇ ਪੌਦੇ ਨੇ ਪਰ ਇਹ ਸਮੇਂ ਅਨੁਸਾਰ ਹੀ ਫੁੱਲ ਦੇਣਗੇ ਪੌਦੇ ਖੜ੍ਹੇ ਰਹਿਣਗੇ। ਠੀਕ ਹੈ ਜਿਹੜੇ ਜ਼ਿਆਦਾ ਫੁੱਲ ਦੇਣਗੇ ਉਹ ਐਂ ਲਾ ਕੇ ਚੱਲੋ ਵੀ ਸੀਜ਼ਨ ਵਾਲੇ ਹੁੰਦੇ ਆ। ਅੱਛਾ ਸਰਦੀਆਂ 'ਚ ਬਹੁਤ ਫੁੱਲਾਂ ਦੀਆਂ ਡੇਲੀਆ ਵਗੈਰਾ ਪਟੂਨੀਆਂ ਪੇਂਜੀ ਬਰਫ ਗਰਮੀਆਂ 'ਚ 10-12 ਆਈਟਮਾਂ ਗਰਮੀਆਂ 'ਚ ਵੀ ਹੁੰਦੀਆਂ ਨੇ ਜਿਵੇਂ ਰਜਨੀ ਗੇਂਦਾ ਹੋ ਗਿਆ ਕੂਚੀਆ ਹੋ ਗਿਆ ਆਹ ਦੁਪਹਿਰ ਖੜੀ ਹੋ ਗਈ ਠੀਕ ਹੈ ਕੁੱਕੜ ਕਲਗੀ ਹੋ ਗਈ ਇਸ ਤਰ੍ਹਾਂ ਦੇ ਪੌਦੇ ਹੁੰਦੇ ਨੇ ਜੀ ਇਹ ਸਾਰੇ ਸੀਜ਼ਨ ਵਾਲੇ। ਜਿਹੜੇ ਦੇਖਭਾਲ ਦੀ ਗੱਲ ਕਰੀਏ ਆਪਾਂ ਵੀਰੇ ਵੀ ਇਹਨਾਂ ਨੂੰ ਨਾ ਵੀ ਕੀ ਆਪਾਂ ਪਾਉਂਦੇ ਤੁਸੀਂ ਕੀ ਇਹਨਾਂ ਨੂੰ ਕੀ ਪਾਉਣਾ ਚਾਹੀਦਾ ਆ ਵੀ ਸਿੱਧਾ ਸਾਦਾ ਪਾਣੀ ਪਾ ਦਿੰਦੇ ਹਾਂ ਉਹਦੇ ਨਾਲ ਹੀ ਇਹਨਾਂ ਨੂੰ ਜਿਹੜਾ ਖੁਰਾਕ ਮਿਲ ਜਾਂਦੀ ਜਾਂ ਹੋਰ ਵੀ ਕੁਛ? ਨਹੀਂ ਨਹੀਂ ਜੀ ਜਿਹੜੇ ਮਤਲਬ ਜ਼ਮੀਨ 'ਚ ਪੌਦੇ ਆ ਉਹਨਾਂ ਜਿਵੇਂ ਗੁੰਡੋਵਾ ਖਾਦ ਆ DAP ਖਾਦ ਆ ਰੂੜੀ ਦਾ ਰੇਹ ਆ ਪਾਓ ਸਿਉਂਕ ਦੀ ਦਵਾਈ ਪਾਓ ਗੁੱਡ ਗੁਡਾਈ ਕਰੋ ਜੀ ਵਧੀਆ ਚੱਲਣਗੀ। ਵੈਸੇ ਸਭ ਕੁਛ ਕਰਨਾ ਪੈਂਦਾ ਜੇ ਨਹੀਂ ਕਰਾਂਗੇ ਪੌਦਾ ਹੌਲੀ ਹੌਲੀ ਕਮਜ਼ੋਰ ਹੋ ਜੂਗਾ ਮਤਲਬ ਜ਼ਮੀਨ ਤਾਂ ਪੁੱਲੀ ਉਹਦੀ ਕਰਨੀ ਹੀ ਪੈਣੀ ਹੈ ਨਾਲ ਉਹਦੇ ਹੈ ਨਾ ਜੀ। ਅਤੇ ਪਾਣੀ ਦਾ ਇਹ ਹੁੰਦਾ ਵੀ ਗਾਹ ਗਾ ਕੇ ਸਾਨੂੰ ਪੁੱਛਦੇ ਆ ਵੀ ਪਾਣੀ ਕਿੰਨੇ ਦਿਨਾਂ ਬਾਅਦ ਦਈਏ ਹੁਣ ਆਮ ਨਰਸਰੀ ਵਾਲੇ ਕਹਿ ਦਿੰਦੇ ਨੇ ਵੀ ਤੀਜੇ ਦਿਨ ਦੇ ਦਿਓ ਜੀ ਉਹਦਾ ਕੋਈ ਮਤਲਬ ਨਹੀਂ ਹੁੰਦਾ। ਅੱਛਾ ਇਹਦਾ ਇਹ ਮਤਲਬ ਹੈ ਵੀ ਪੌਦਾ ਤੁਸੀਂ ਦੇਖ ਲਓ ਵੀ ਪੌਦਾ ਮੁਰਝਾ ਗਿਆ ਤਾਂ ਪਾਣੀ ਦਿਓ ਠੀਕ ਹੈ ਜੇ ਪੌਦਾ ਨਹੀਂ ਮੁਰਝਾ ਰਿਹਾ ਪਾਣੀ ਨਾ ਦਿਓ ਠੀਕ ਹੈ ਚਾਹੇ 10 ਦਿਨ ਨਹੀਂ ਮੁਰਝਾ ਰਿਹਾ 10 ਦਿਨ ਪਾਣੀ ਨਾ ਦਿਓ ਜੇ ਪੌਦਾ ਮਤਲਬ ਸੁਸਤ ਪੈ ਗਿਆ ਹੁਣ ਜਿਵੇਂ ਇੱਧਰ ਪੌਦਾ ਤੁਹਾਨੂੰ ਦਿਖਾਊਂਗਾ ਆਹ ਵਾਲਾ ਦੇਖੋ। ਅੱਛਾ ਜੀ ਹਾਂ ਇਹ ਇੱਕ ਬਹੁਤ ਵੱਡੀ ਵਧੀਆ ਗੱਲ ਦੱਸ ਰਹੇ ਨੇ ਵੀਰ ਵੀ ਪੌਦੇ ਨੂੰ ਪਾਣੀ ਕਦੋਂ ਦੇਣਾ ਚਾਹੀਦਾ ਆ। ਕਈ ਵਾਰੀ ਬੰਦਾ ਕੀ ਹੁੰਦਾ ਐਵੇਂ ਆਪਾਂ ਸਵੇਰੇ ਉੱਠਦੇ ਹਾਂ ਅਤੇ ਚੱਕ ਕੇ ਬਾਲਟੀ ਹਾਂ ਇੱਕ ਮਿੰਟ ਜੀ ਠੀਕ ਹੈ ਜੀ ਇਹ ਪਾਣੀ ਮੰਗ ਰਿਹਾ। ਅੱਛਾ ਇਹ ਇਸ ਟਾਈਮ ਥੋੜ੍ਹਾ ਜਿਹਾ ਮੁਰਝਾਇਆ ਹੋਇਆ ਹਾਂ ਇਹ ਪਾਣੀ ਮੰਗ ਰਿਹਾ ਜੀ ਠੀਕ ਹੈ ਜੀ ਹੁਣ ਜਿਵੇਂ ਇਹਦੇ 'ਚ ਆਹ ਪੌਦਾ ਲਾ ਲਓ ਹਾਂ ਇੱਕ ਹੁਣ ਇਹ ਵੀ ਦਿਖਾਉਣਗੇ ਹਾਂ ਜੀ ਇਹ ਪਾਣੀ ਨਹੀਂ ਮੰਗ ਰਿਹਾ ਇਹ ਬਿਲਕੁਲ ਜਿਹੜਾ ਇਹ ਜਿਵੇਂ ਆਪਾਂ ਕਹਿ ਦਿੰਦੇ ਵੀ ਫਿੱਟ ਹੈ ਤੰਦਰੁਸਤ ਆ ਅਤੇ ਆਹ ਦੇਖੋ ਆਹ ਪੌਦਾ ਜਿਹੜਾ ਇਹ ਮੁਰਝਾਇਆ ਹੋਇਆ ਇਹ ਚੀਜ਼ ਦਾ ਵੀ ਖਿਆਲ ਰੱਖਿਆ ਇਹ ਫਿਰ ਪੌਦਾ ਖਰਾਬ ਨਹੀਂ ਹੁੰਦਾ। ਠੀਕ ਹੈ ਜੀ ਜ਼ਰੂਰਤ ਤੋਂ ਜ਼ਿਆਦਾ ਪਾਣੀ ਵੀ ਹੈ ਜਿਹੜਾ ਲੋੜ ਤੋਂ ਵੱਧ ਉਹ ਵੀ ਨੁਕਸਾਨ ਕਰਦਾ ਹੈ ਨਾ ਜੀ। ਜ਼ਰੂਰਤ ਤੋਂ ਵੱਧ ਜੇ ਆਪਾਂ ਖਾਣਾ ਖਾ ਲੈਂਦੇ ਤਾਂ ਬਿਮਾਰ ਪੈ ਜਾਂਦੇ ਇਹ ਤਾਂ ਫਿਰ ਵੀ ਪੌਦੇ ਆ ਹਾਂਜੀ ਹਾਂ ਅਤੇ ਆਪਾਂ ਜਿਉਂਦੇ ਇਹਦੇ ਕਰਕੇ ਹਾਂ ਬਿਲਕੁਲ ਨਾ ਕਿ ਗੱਡੀਆਂ ਕਰਕੇ ਏਸੀਆਂ ਕਰਕੇ ਜਾਂ ਮਹਿੰਗੇ ਫਰਨੀਚਰਾਂ ਕਰਕੇ ਇਹ ਸਾਰਾ ਬੇਕਾਰ ਸਮਾਨ ਆ ਜਿਹੜਾ ਮੇਨ ਸਮਾਨ ਇਹ ਆ ਇਹਦੇ ਕਰਕੇ ਆਧਾਰ ਇਹੀ ਆ ਪੌਦਿਆਂ 'ਤੇ ਸਾਰੀ ਦੁਨੀਆ ਖੜੀ ਆ ਜੀ ਮੇਰਾ ਕਹਿਣਾ ਮਤਲਬ ਵੀ ਪੌਦੇ ਕਰਕੇ ਆਪਾਂ ਜਿਉਂਦੇ ਹਾਂ ਪੰਛੀ ਹੈ ਜਾਂ ਜਾਨਵਰ ਹੈ ਜਾਂ ਕੋਈ ਲਾ ਲਓ ਜੀ ਇੱਥੋਂ ਹੀ ਕਹਾਣੀ ਸ਼ੁਰੂ ਹੁੰਦੀ ਹੈ ਇੱਥੇ ਖਤਮ ਇਹ ਤੋਂ ਬਗੈਰ ਦੁਨੀਆ ਤੋਂ ਕੁਛ ਨਹੀਂ ਹੈਗਾ ਜੀ ਮਰਨ ਲੱਗੇ ਵੀ ਲੱਕੜਾਂ ਚਾਹੀਦੀਆਂ ਨੇ ਪੈਦਾ ਹੋਣ ਲਈ ਵੀ ਲੱਕੜ ਦਾ ਬੈਲਟ ਹੀ ਤੁਸੀਂ ਬਾਲੀ ਦੂਰ ਨਾ ਜੀ ਤੁਸੀਂ ਇੱਕ ਮਿੰਟ ਲਈ ਸਾਹ ਬੰਦ ਕਰ ਸਕਦੇ ਹੋ ਨਹੀਂ ਕਰ ਸਕਦੇ
दस दिन बंदा रोटी तो बगैर रह जूगा, पानी तो बगैर भी रह जूगा, ये तो बगैर एक सेकंड नहीं रह सकता, पर इस चीज़ को लोग देखते नहीं, लोगों को चाहिए बनौटी हवा एसी दी, एसी दी चाहिए, ये बीमारी के कारण है, बीमारी के कारण लो ये नहीं ना लो, लो वो भी लो, पर इधर ज़्यादा ध्यान दो। हूँ अगला शाम जो पानी पुनी छिड़कया आता नर्सरी से कस्टमर आते देखते इतने बड़ा जी ला, ये चीज़ आदि नहीं। बिल्कुल होर कि पौधे ने जोड़े भी आप मतलब घर लगा सकते, जिमें दसिया भी वो जो पौधा अपने इनडोर प्लांट आ गए, हाँ जी जिमें बहर लाना तो चंपा जिमें हैविकस रात राणी है या मतलब बहुत पौधे होंगे ने जी। अच्छा जो फलों वाले दरख्त होंगे ने अमरूद हो गया जामुन हो गई अंब हो गया पपीता हो गया, इन्हों रख रखाव वास्ते इन्हों कदों लाने चाहिए ने, रख रखाव वास्ते इन्हों भी कि चीज़ों का ध्यान रखना चाहिए। इन्हों का मतलब मेन होंगे जी लाने तो जो मर्जी लाओ कोई दिक्कत नहीं है। अच्छा पर इन्हें देख रेख यह है जी जो तुम पौधा लाता ये सारे होंगे ने ग्राफ्टड प्योंद करे होंगे ने जी। अच्छा प्योंद का ध्यान रखना प्यों तो थले ना ये फुट पे प्योंद मतलब थोड़ा मैं तुम दिखा। अच्छा एक बहुत जरूरी गल आप दसन लगे ने इतने भी जिमें कहते ग्राफ्टड करे होंगे ने प्योंद करे होंगे ने वो बारे आप वीर जी जानकारी देने वो आप देखते हैं भी की दसते हैं ये मैं लगता कोई बहुत अहम जानकारी है जी सू सार होनी ये पता होना चाहिए आ जी आप घर अंब जामुन जां पपीता अमरूद वगैरह आप जो बूटे लाने हाँ एक मिनट जी। हाँ जी जिमें अंब का बूटा जी। हाँ जी ठीक है जी जी आ चीज़ है। हाँ जी ये देसी है। अच्छा हाँ जे इनू नहीं तोड़ोगे तो उपरला खत्म हो जूगा तो थलला ये चल पे फल नहीं बूटा खराब हो जाता अगले फिर अगला कितों लेके दुर्गा नर्सरी चो फल नहीं आए आ चीज मतलब रख रखाओ जो भी जरूरी इस तरह जी खाद वगैरह देना पैंता सारा कुछ जी ठीक पानी स्प्रे कर दो जो कोई सुंडी लग गई। हाँ। वैसे हरेक साल जो पौधा फल दिता तो फरवरी के टाइम खुराक दो। अच्छा मतलब जो पौधा है हर बार वधिया फल दिता है फरवरी के खुराक मान लो जी पौधा हूँ फल दे किन्नू उत्ते ला के चलते हैं किन्नू मान लो फल दे के हट गया फरवरी से फरवरी से रूड़ी का रेह गंडोवा खाद कली वगैरह कुछ भी है भी उन्होंने दोगे करोड़ 250-300 रुपये की खुराक पैंती एक बूटे। अच्छा तो अगले बारी वो ज़्यादा फल दो ज़्यादा फल दो जे तुम ये खुराक नहीं दोगे हौली 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 ये पौधा कमजोर हो जू फल पौधे जान मिलती है जी। अच्छा जिमें खाल होगी कली होगी नीला धोता हो गया रूड़ी का रेह हो गया यह सारा बारी बारी पाना पैंता है साल एक बार पाई है दो बारी जी एक बार दो फरवरी का टाइम सिर्फ फरवरी के महीने क्योंकि जिमें किन्नू है मौसमी है आड़ू है या मतलब कोई भी फ्रूट है ये फरवरी से फल चकते हैं चीकू वगैरह साल से फिर ये फरवरी से जाके फल चकते फरवरी से जाके पूरा तैयार होंगे। अच्छा हाँ जी अमरूद ही है जो भी हमेशा लगता रहा सर्दी च भी गर्मी च भी बाकी सारे एक टाइम। अच्छा अमरूदा कई बार कीड़े कूड़े बहुत लगते हैं ये की कारण समझते ये है जी मतलब जो फुल लगता ना इनू अमरूद उदो ध्यान रखना पैदा स्प्रे वगैरह कर दो हल्की क्योंकि ना मक्खी फुल अंडे दे जाती है। अच्छा बिल्कुल मेरा मेरी तो सोच यही है मतलब तो जो अमरूद ज्यों ज्यों बड़ा होगा वो कीड़ा पल जाएगा क्योंकि अमरूद तो बाहरों साफ होंगे बिल्कुल साफ होंगे तो कीड़ा आया कितों मक्खी जो अंडा दे दी ये कारण है सर्दी वाले नहीं कीड़ा पैंता जी गर्मी वाले पै जाता गर्मी से कीड़े आते हैं जी। ठीक है हूँ जिमें इधर आह तितली वर्गे फिरते हैं आह जानवर ये आह कंगी पाम के पत्ते सारे खा जाते हैं चट जाते सारी ये चीज़ें ध्यान रखा कभी पौधा खराब ही नहीं होता। ठीक है अच्छा अजक एक होर बहुत रुझान चलिया जो कमाद है जी कमार जी ये बहुत ला रहे हैं लोग यू किमें देख लो भी ये कोई है फायदे फूदे बहुत फायदे ने जी हम तुम बाजार जाने लैके आने पाउच या मूँह धोन या कुछ वो जो कैमिकल हों ठीक है देंदे भी 100 रुपये पता नहीं 150 रुपये जो कुछ होगा तो इतने रीजनल तुम घर ला लो यदि सब्जी बनाओ खून की कमी है खून कमी पूरा करो ठीक है थोड़े कोई मतलब सिरकी वगैरह या मतलब हाँ शरीर तो कुछ उई रहा भी वो साफ हो जाता जी मूँह तो यू कट के मुँह तो ला लो कोई दिक्कत नहीं ये वास्ते गमले गुमले की लड़ पैंती है रख रखाओ जो पौधा लाना किमें आए ज
बहुत गुणकारी है धुप्पे रहूगा ते पत्ते देखो वीर ने कहते एलोवेरा का पौधा धुप्पे रहूगा जिन्ना ज्यादा उन्ना ज्यादा ज्यादा ताकतवर बनूगा। दूजी इन्होंने अहम गल दसी है कि जो लाना है वो बट के उत्ते लाना है क्यारी के नहीं लाना भी पानी जो जिन्ना भी इन्हू घट तो घट मिले उन्ना ही ये वास्ते ठीक है। जे मिले भी पानी मतलब कोल दी लंघ जाए बस तो वह नुकसान करता ज़्यादा पानी। होर भी आप गल करते वीर के नाल होर भी थोड़ी जी जानकारी दिओ तुसीं इधर भी होर कई तरह के पौधे लगे हुए ने इन्हां दे आपां करदे आं गल्लबात वीरां दे नाल। हाँ तुसीं देख सकते हो उधर साइडां ते निके निके फुल ने जिहड़े वीरे इधर के दस्सो माड़ा जिहा इधर आयो आह फुल्लां बारे जानकारी दिओ जिहड़े आह लाल फुल ने इहदे नाल दे फुल असीं पहाड़ां च देखदे हुंदे आ किहड़ा बहुत ललटेन आ जी। अच्छा इह ललटेन है जी। हाँ जी अच्छा इह पीली है लाल आ इह च चार पंज कलर आउंदे जी। इह बेल है जां पौधा की है इहनूं कुछ बना लो जी। अच्छा बेल बना लिओ। अच्छा बूटा बना लिओ हैज बना दिओ इनू कट के गोल बॉल बना दो। अच्छा। और कटाई दे उत्ते है। ये मतलब जो है जी आप दिख देना चाहते हो जहाँ बन जाऊ। हाँ जी हाँ जी ठीक है। ये ललटेन है जो पहाड़ा चाहते हैं वीर उन्होंने पता होगा। एक मिनट तुम आ माइक आप इतने ला के रखो क्योंकि थोड़ी आवाज़ आनी ना ज़्यादा जरूरी है कई बार तुम अगे पिछे हो जाने पिछले साल लाया थी ये बदमा का बूटा जी। हाँ जी पिछले साल ये हो गया एक साल का बूटा हो गया। ठीक है इन अतकी मतलब लगे थे नौ पता नहीं अठ बदम लगे अठ के बदम लगे ठीक है जी पूरे वधिया। अच्छा। बस की है देख रेख है बारे थोड़ी जानकारी दियो किसान भरावां ये भी मतलब यही जो चीकू बारे दसिया वही ये ठीक है जिमें आ थले देखो आ हो गया ना। हाँ जी ये देसी हो गया इन कट्टा गया हजे नहीं कटते हूँ फरवरी च कट्टा फरवरी कट्टे ते फरवरी चे सारे पत्ते डिग जाएंगे। ठीक है ठीक है जी डिगता है मतलब मार्च जी जाते हाँ जनवरी चाहिए उदू मतलब इनू टोआ करके रूढ़ीदारे नीला थोथा या गुंडोवे की खाद पा के करांगे। नहीं जी ये बाहरों मेरठ तो आता जी ये वातावरण इतने जिम्मे पंजाब का अपना वातावरण गर्मी भी इतने बहुत पैंती है सर्दी भी बहुत पैंती है कहो जिहा रख रखाव होना चाहिए है ये कोई सिंपल है कोई ज़्यादा रख रखाव की लड़ नहीं है बस इन्हें आए भी पौधे के जड़ा च जिमें हो गया आड़ू हो गया बदम हो गया नाशपाती बब्बू गोशा आलू बुखारा इन्हें जड़ा च पानी नहीं खड़ना चाहिए क्योंकि इन्हें जड़ ना जी है वो थोड़ी सोहल बहुत है सोहल। हाँ जी जो ज़्यादा मीह पै जाए थले पानी खड़ जाए या मतलब सूरज उपरों चढ़िया वे एकदम पानी गर्म होकर फिर पौधे ज्यादा खराब होंगे पानी नहीं खड़ना चाहिए पौधे च पौधा नहीं खराब होता जी। जो किसानों ने जी खेती करनी हो तो बहुत लाभकारी हो सकता है। हाँ जी हाँ जी पंजाब के किसान जिन्ना मतलब बागवानी जे पैसा है जी। हाँ। बाग जे लाइए तो पैसा। हाँ। वो ना किसे कम जे पैसा है ठीक है जी पर की है मुल नहीं मिलता जी मेन गल है पहला बहुत बाग सी अपने बरनाले चे सारे मतलब पद्धर करते कारण की अगले का हूँ 50,000 या 60,000 70,000 ठेका चढ़ता जी तो एक किला या दो किले अगले ने जो लाते तो बेचना किन्ने का 1,00,000 रुपये का जो 2 किले लाते 1,40,000 तो वहीं ठेका हो गया फिर उन्होंने रखो रेहड़ी से रख के बेचो अरे इस करके हम बाग ला नहीं रहे कितने ना कितने जाके वही जो मंडी करन दी जे मंडी। हाँ मंडी करन सही हो मंडी समस्या थे तो तुसी जीरी तो बगैर होर बाग बथेरे लगन पर मुल नहीं मिलता जी दा पहला बाग लाओ फिर मतलब फ्रूट तैयार करो फिर उन बाहर सड़क ते रख के बेचो वो इस करके लोग इस पासे जिवें आ बदामा बदामा वाला पौधा जिवें तुसी दस्या हां जी एदे विच भी कोई हुंदी है कोई किस्म एदी भी केड़ी किस्म दा है पौधा एदे मतलब दो तीन किस्म हुंदियां ने जी। अच्छा इक इह है हाँ। मतलब ये वर्ग आड़ू का पत्ता होंगे। अच्छा तो एक चौड़े पत्तला होंगे। अच्छा वो है जो इधर घट काम जाए ये ज्यादा काम ये ज्यादा काम वो अंदर तो होता जी पौधा मतलब वो इतने अपने वातावरण च नहीं सेट बैठता नहीं सुक जाता जी मैं कई बार लिया के देखा ये कितनी देर का पौधा होगा एक साल का हो गया एक साल के पौधे मान लो भी मेरे को लगे नु एक साल हो गया वैसे
ਜੇ ਦੇਖਿਆ ਜੋ ਜੇ ਇਹਨੂੰ ਤਿਆਰ ਹੋਏ ਨੂੰ 2 ਸਾਲ ਮੰਨ ਕੇ ਚੱਲੋ ਕਿਉਂਕਿ 1 ਸਾਲ ਚ ਇਹ ਤਿਆਰ ਵੀ ਤਾਂ ਹੁੰਦਾ ਨਾ ਤਿਆਰ ਵੀ ਹੁੰਦਾ ਹਾਂਜੀ ਵੀ 2 ਸਾਲ ਦੀ ਉਮਰ ਹੈ ਇਹਨੂੰ ਜਿਵੇਂ ਵੀਰ ਨੇ ਦੱਸਿਆ ਕਿੰਨੇ ਬਦਾਮ ਲੱਗੇ ਸੀ ਇਹਨੂੰ ਇਹਨੂੰ 8 ਬਦਾਮ ਲੱਗੇ 8 ਬਦਾਮ ਇਹਨੂੰ ਲੱਗੇ ਸੀਗੇ ਜਿਵੇਂ ਜਿਵੇਂ ਵੱਡਾ ਹੋਈ ਜਾਊਗਾ ਉਵੇਂ ਲੱਗਣ ਤੇ ਬਦਾਮ ਜਿਹੜੇ ਵਧਣਗੇ ਵੀ ਮੈਂ ਤਾਂ ਕਹਿੰਦਾ ਕਿਸਾਨ ਭਰਾਵਾਂ ਨੂੰ ਇਧਰਲੇ ਪਾਸੇ ਵੀ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਕਿਉਂਕਿ ਬਦਾਮ ਆ ਜਿਹੜਾ ਉਹ ਤਾਂ ਵਿਕ ਹੀ ਜਾਂਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿਸਾਨ ਤਾਂ ਆਪ ਹੀ ਹੋ ਜਾਣਗੇ ਇੱਧਰ ਨੂੰ ਜੇ ਗਵਰਨਮੈਂਟ ਸਹੀ ਤਰੀਕੇ ਨਾਲ ਢੰਗ ਵੀ ਇਹਨਾਂ ਨੂੰ ਪੈਸਾ ਮਿਲਣ ਲੱਗੇ ਗੱਲ ਪੈਸਾ ਨਹੀਂ ਮਿਲਦਾ ਸਬਸਿਡੀ ਵਗੈਰਾ ਹੁਣ ਸਾਡੇ ਨਰਸਰੀਆਂ 'ਚ ਕੀ ਹੈ ਕਹਿੰਦੇ ਲੋਕ ਵੀ ਹਰਿਆਲੀ ਲਾਓ ਦੇਸ਼ ਬਚਾਓ ਹੁਣ ਨਰਸਰੀਆਂ ਵਾਲੇ ਲਈ ਕੀ ਕਰਦੇ ਲੋਕ ਕੁਛ ਵੀ ਨਹੀਂ ਕਰਦੇ ਆਹ ਇੱਕ ਵੱਡਾ ਸਵਾਲ ਆ ਹੁਣ ਜੇ ਪੌਦੇ ਜਿੱਥੋਂ ਇੱਥੋਂ ਜਾਂਦੇ ਨੇ ਪੌਦੇ ਨਰਸਰੀਆਂ 'ਚ ਜਾਂਦੇ ਨੇ ਸਰਕਾਰਾਂ ਵੱਲੋਂ ਕੋਈ ਸਬਸਿਡੀ ਵਗੈਰਾ ਕੋਈ ਲੋਨ ਮਤਲਬ ਹੀ ਨਹੀਂ ਅੱਛਾ ਕੋਈ ਵੀ ਬਾਗਬਾਨੀ ਮਹਿਕਮੇ ਵੀ ਅਗਲਾ ਕਹੇ ਵੀ ਹਾਂਜੀ ਆਹ ਬਾਗਬਾਨੀ ਏਰੀਏ ਨੂੰ ਇਹ ਹੈ ਵੀ ਇੰਨੀ ਤੁਹਾਨੂੰ ਮਤਲਬ ਬੈਂਕ ਵੱਲੋਂ ਲੋਨ ਜਾ ਰਿਹਾ ਠੀਕ ਹੈ ਵੀ ਤੁਸੀਂ ਆਹ ਪੂਰਾ ਕਰੋ ਠੀਕ ਹੈ ਅੱਗੇ ਫਿਰ ਤੁਹਾਨੂੰ ਦੇਵਾਂਗੇ ਤੁਹਾਨੂੰ ਜਿੰਨੀ ਪੈਸੇ ਦੀ ਲੋੜ ਹੈ ਵੱਧ ਤੋਂ ਵੱਧ ਬੂਟੇ ਲਿਆਓ ਵੱਧ ਤੋਂ ਵੱਧ ਲਵਾਓ ਲਵਾਓ ਉਹ ਜੀ ਅਸੀਂ 2 ਰੁਪਏ ਘੱਟ ਕਰਕੇ ਵੀ ਚੁਕਾਵਾਂਗੇ ਚੀਜ਼ ਹੁਣ ਇਹਦੇ 'ਚ ਖਰਚਾ ਹੁਣ ਮੰਨ ਲਓ ਵੀ ਮੇਰਾ ਬਿਜਲੀ ਦਾ ਬਿੱਲ ਆ 2-4 ਮਹੀਨੇ ਦਾ 28,700 ਰੁਪਇਆ ਇੱਥੋਂ ਹੀ ਭਰੂੰਗਾ ਮੈਂ ਜਿਹੜਾ ਠੇਕਾ ਇਸ ਵਾਲਾ ਠੇਕਾ ਵੱਧ ਜਾਂਦਾ ਅਸੀਂ ਦੱਸੋ ਕਿੱਥੇ ਜਾਈਏ ਕਿੱਥੇ ਜਾਈਏ ਆਹ ਵੱਡੀ ਸਾਰੀਆਂ ਨਰਸਰੀਆਂ ਵਾਸਤੇ ਇਹੀ ਗੱਲ ਹੈ ਥੋੜ੍ਹਾ ਜਿਹਾ ਥੱਲੇ ਇੱਕ ਦੀ ਗੱਲ ਨਹੀਂ ਸਾਰਿਆਂ ਦੀ ਗੱਲ ਹੈ ਜੇ ਗਰਾਊਂਡ ਲੈਵਲ ਦੀਆਂ ਕੁਛ ਸਮੱਸਿਆਵਾਂ ਨੇ ਹੈਗੀਆਂ ਛੋਟੀਆਂ ਛੋਟੀਆਂ ਨੇ ਪਰ ਹੈਗੀਆਂ ਬਹੁਤ ਜ਼ਰੂਰੀ ਨੇ ਜੇ ਉਹ ਹੱਲ ਹੋ ਜਾਣ ਤਾਂ ਮੈਂ ਕਹਿੰਦਾ ਮੰਨ ਲਓ ਵੀ ਆਹ ਆਪਣੀ ਨਰਸਰੀ ਇਹ 2 ਕਿੱਲਿਆਂ 'ਚ ਹੈ ਜੀ ਹੁਣ ਇਹ 2 ਕਿੱਲਿਆਂ ਦੇ ਵਿੱਚ 4 ਪੈਸੇ ਤੁਸੀਂ ਦੇਖਦੇ ਬੂਟੇ ਹੀ ਆ ਹੁਣ ਇਹਦਾ ਮੈਨੂੰ ਐਂ ਲਾ ਕੇ ਚੱਲੋ ਵੀ ਮੈਨੂੰ ਇਕੱਲੇ ਨੂੰ ਤਾਂ ਨਹੀਂ ਫਾਇਦਾ ਇਹਦੇ ਪੂਰੇ ਬਰਨਾਲੇ ਨੂੰ ਫਾਇਦਾ ਕਿਉਂਕਿ ਹਵਾ ਤਰ੍ਹਾਂ ਤਰ੍ਹਾਂ ਦੇ ਪੌਦੇ ਨੇ ਤਰ੍ਹਾਂ ਤਰ੍ਹਾਂ ਦੇ ਇਹਨਾਂ ਦੀ ਹਵਾ ਇੱਥੇ ਆਕਸੀਜਨ ਤਾਂ ਲਈ ਰਹੇ ਆ ਤੋਂ ਜਾਂ ਮਹੱਲੇ ਨੂੰ ਜਾਂ ਹੋਰ ਸਾਰਾ ਕੁਝ ਹੈ ਕਿੱਥੇ ਇਹ ਜਗ੍ਹਾ ਤੇ ਗੰਦ ਪੈਣਾ ਸੀਗਾ ਗੰਦ ਪੈਣਾ ਮੁਸਕ ਆਉਂਦਾ ਇਹ ਚੀਜ਼ ਲੋਕ ਦੇਖਦੇ ਨਹੀਂ ਗੇ ਅੱਛਾ ਜਿਹੜਾ ਬਦਾਮ ਦਾ ਪੌਦੇ ਦੀ ਕੀਮਤ ਕਿੰਨੀ ਕੁ ਹੋਊਗੀ ਅੰਦਾਜ ਦੇਖੋ ਜੀ ਵੇਚਣ ਵਾਲੇ ਤਾਂ ਹੁਣ ਜਿਵੇਂ ਵੇਚਣ ਵਾਲੇ ਤਾਂ 1,000-1,000 ਰੁਪਏ ਦੇ ਵੇਚੀ ਜਾਂਦੇ ਅੱਛਾ ਵੈਸੇ ਮੈਂ ਤੁਹਾਨੂੰ ਸਹੀ ਦੱਸਾਂ ਮੇਰਾ ਆਪ ਦਾ ਰੇਟ ਜਿਹੜਾ ਇਹਦਾ 100 ਰੁਪਏ ਠੀਕ ਹੈ ਜੀ ਕਿਉਂਕਿ ਮੈਨੂੰ ਇਹ ਰੇਟ ਆ 35-40 ਰੁਪਏ ਦਾ ਮੈਨੂੰ ਆਪ ਨੂੰ ਆਉਂਦਾ ਉਦੋਂ ਬਾਅਦ ਇਹਦੀ ਪੈਕਿੰਗ ਕਰਦੇ ਹਾਂ ਲਿਫਾਫਿਆਂ 'ਚ ਉਦੋਂ ਬਾਅਦ ਕੁਛ ਮਰ ਖੱਪ ਵੀ ਜਾਂਦੇ ਨੇ ਅਸੀਂ 100 ਰੁਪਏ ਦਾ ਵੇਚਣ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਬਰਨਾਲਾ ਦੇ ਕਚਹਿਰੀ ਚੌਂਕ ਆ ITI ਚੌਂਕ ਆ ITI ਚੌਂਕ ਤੋਂ ਆਪਾਂ ਕਚਹਿਰੀ ਚੌਂਕ ਨੂੰ ਜਾਂਦੇ ਹਾਂ ਤਾਂ ਖੱਬਿਆਂ 'ਚ ਦੁਰਗਾ ਨਰਸਰੀ ਆਉਂਦੀ ਆ ਉੱਥੇ ਬਦਾਮਾਂ ਦੇ ਪੌਦੇ ਮਿਲਦੇ ਨੇ ਬਾਜ਼ਾਰ ਦੇ ਵਿੱਚੋਂ ਦੀ 1,000 ਰੁਪਈਆ 1,500-1,800 ਵੀ ਲੱਗਦਾ ਦਾਂ ਜਿਹੜਾ ਉਹ ਲਾਈ ਜਾਂਦੇ ਨੇ ਪਰ ਇੱਥੇ ਵੀਰ ਜਿਹੜਾ ਹੈ ਸਿਰਫ 100 ਰੁਪਏ ਦੇ ਵਿੱਚ ਬਦਾਮ ਦਾ ਪੌਦਾ ਦੇ ਰਿਹਾ ਆ ਬਿਲਕੁਲ ਉਹ ਵੀ ਲਾਗਤ ਦੇ ਹਿਸਾਬ ਦੇ ਨਾਲ ਇਹ ਲੱਗੂ ਫਰਵਰੀ 'ਚ ਲੱਗੂਗਾ ਜੀ ਫਰਵਰੀ 'ਚ ਹਾਂਜੀ ਹਾਂਜੀ ਅਤੇ ਹੋਰ ਪੌਦੇ ਵੀ ਥੋੜ੍ਹੇ ਜਿਹੇ ਦਿਖਾ ਦਿਓ ਸਾਨੂੰ ਹੋਰ ਦੱਸੋ ਆ ਜਾਓ ਹਾਂ ਜ਼ਰੂਰੀ ਜਿਹੜੇ ਹਜੇ ਹੋਰ ਪੌਦਿਆਂ ਦੇ ਰੇਟ ਨੇ ਜਿਹੜੇ ਉਹ ਵੀ ਸਾਨੂੰ ਦੱਸ ਦਿਓ ਜਿਵੇਂ ਆਹ ਕਿਹੜੇ ਕਿਹੜੇ ਪੌਦੇ ਨੇ ਜੀ ਇਹ ਹੈ ਜੀ ਪੈਲਕਣ ਅੱਛਾ ਜੀ ਠੀਕ ਹੈ ਇਹ ਮਤਲਬ ਵੱਡੇ ਦਰਖਤ ਬਣ ਜਾਂਦੇ ਨੇ ਛਾਂ ਵਾਸਤੇ ਇਹਦਾ ਰੇਟ ਰੂਟ ਕੀ ਹੋਊਗਾ ਜੀ ਪੈਲਕਣ ਦਾ ਇਹ ਰੇਟ ਹੈ ਜੀ 30 ਰੁਪਈਏ ਦਾ ਜੀ 3-4 ਫੁੱਟ ਦਾ ਬੂਟਾ ਜੀ 30 ਰੁਪਈਆਂ ਦਾ ਜਿਹੜਾ ਵੱਡਾ ਪੌਦਾ 5-6 ਫੁੱਟ ਦਾ ਉਹ ਦਿੰਦੇ ਜੀ ਅਸੀਂ 150 ਰੁਪਏ ਸਾਨੂੰ ਆਪ ਨੂੰ 100 ਰੁਪਏ ਦਾ ਹੁੰਦਾ ਜੀ ਖਰਚਾ ਪਾ ਦੋ ਘੱਟ ਕੇ ਰੱਖੇ ਹੋਏ ਨੇ ਦੂਜੇ 10-10-20-20 ਰੁਪਏ ਦੇ ਹਿਸਾਬ ਨਾਲ ਮਿਲੀ ਜਾਵੇ ਕੰਮ ਬਹੁਤ ਹੈ ਜੀ ਹੁਣ ਇੱਕ ਵਾਰੀ ਮੈਂ ਤੁਹਾਨੂੰ ਰੇਟ ਵੱਧ ਲਾ ਦਾਂ ਮੇਨ ਥੋੜ੍ਹਾ ਸ਼ੌਂਕ ਵੀ ਹੈ ਨਾ ਇਹ ਵਾਤਾਵਰਨ ਪ੍ਰਤੀ ਸ਼ੌਂਕ ਵੀ ਹੈ ਜੀ ਬਾਕੀ ਮੇਰਾ ਬਿਜ਼ਨਸ ਵੀ ਹੈ ਇੱਥੋਂ ਹੀ ਰੋਟੀ ਰੋਜੀ ਸਾਰੀ ਚੱਲ ਮੇਰੇ ਕੋਲ ਹੁਣ 7-8 ਬੰਦੇ ਕੰਮ ਕਰਦੇ ਨੇ ਇੱਥੋਂ ਹੀ ਖਾਣਾ ਪੀਣਾ ਸਾਰਿਆਂ ਦਾ ਬਿਜਲੀ ਦਾ ਬਿੱਲ ਜ਼ਮੀਨ ਦਾ ਠੇਕਾ ਪੜ੍ਹਾਈ ਲਿਖਾਈ ਸਾਰਾ ਕੁਝ ਇੱਥੇ ਹੀ ਹੋ ਰਿਹਾ ਜੀ ਨਾਲੇ ਵਧੀਆ ਵਾਤਾਵਰਨ 'ਚ ਬੈਠੇ ਹਾਂ ਜਿਹੜੀ ਖਾਸੀਅਤ ਗੱਲ ਇਹੀ ਹੈ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ 'ਤੇ ਦੱਸੀ ਸੀ ਰੁਜ਼ਗਾਰ ਵੀ ਇਹਦਾ ਅਤੇ ਸ਼ੌਂਕ ਵੀ ਆ ਕੁਦਰਤ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਵੀਰ ਬਖੂਬੀ ਤਰੀਕੇ ਨਾਲ ਨਿਭਾ ਰਿਹਾ ਕੋਈ ਹੋਰ ਅਜਿਹਾ ਖਾਸ ਪੌਦਾ ਜਿਹਦੇ ਬਾਰੇ ਆਪਾਂ ਗੱਲ ਕਰ ਜਿਵੇਂ ਪੈਲਕਣ ਹੋ ਗਿਆ ਜੀ ਸਭ ਤੋਂ ਵਧੀਆ ਪੌਦਾ ਜੀ ਇਹ ਇੱਕ ਤਾਂ ਕੀ ਹੈ ਵੀ ਮੈਂ ਤਾਂ ਇਹ ਗੱਲ ਕਹਿੰਦਾ ਵੀ ਚੀਜ਼ ਤੁਸੀਂ ਉਹ ਲਾਓ ਵੀ ਗਾਹਾਂ ਤੋਂ ਗਾਹਾਂ ਵੱਧਦਾ ਰਹੇ ਠੀਕ ਹੈ ਜਿਵੇਂ ਪੈਲਕਣ ਆ ਠੀਕ ਹੈ ਜੀ ਇੱਧਰ ਰੱਖ ਦੇਖੋ ਆਹ ਜਿਵੇਂ ਪੈਲਕਣ ਹੋ ਗਈ ਤੁਹਾਡਾ ਜਿਵੇਂ ਆਹ ਹੋ ਗਿਆ ਤੁਹਾਡਾ ਬਰੋਟਾ ਹੋ ਗਿਆ ਜੀ ਪਿੱਪਲ ਹੋ ਗਏ ਨਿੰਮ ਹੋ ਗਈ ਇਹ ਜਿਹੜੇ ਪੌਦੇ ਨੇ ਇਹ ਸਭ ਤੋਂ ਮੇਨ ਨੇ ਮੇਨ ਆਕਸੀਜਨ ਦਾ ਮੇਨ ਸੋਰਸ ਇਹ ਨੇ ਠੀਕ ਕਹਿਣ ਨੂੰ ਤੁਸੀਂ ਕੁਛ ਕਹੀ ਚੱਲੋ ਵੀ ਆਇਰਿਕਾ ਬਾਮ ਜਾਂ ਆਹ ਆਹ ਪਰ ਇਹ ਮੇਨ ਦਰਖਤ ਨੇ ਪਿੱਪਲ ਨਿੰਮ ਬਰੋਟਾ ਪਿਲਕਣ ਇਹ ਜ਼ਿਆਦਾ ਮਤਲਬ ਪੌਦੇ ਵਾਤਾਵਰਨ ਸਾਫ਼ ਕਰਦੇ ਆ ਅਤੇ ਆਪਾਂ ਨੂੰ ਜ਼ਿਆਦਾਤਰ ਇਹੀ ਜਿਉਂਦਾ ਰੱਖ ਰੱਖੇ ਆ ਠੀਕ ਹੈ ਹੁਣ ਇਹਦਾ ਕੀ ਮੈਂ ਕਹਿ ਰਿਹਾ ਤੁਹਾਨੂੰ ਜਿਵੇਂ ਪਿੱਪਲ ਨਿੰਮ ਬਰੋਟਾ ਪਿਲਕਣ ਇਹਦਾ ਕੀ ਹੈ ਇਹਨਾਂ ਦੀਆਂ ਟਮਾਟੀਆਂ ਲੱਗਦੀਆਂ ਅੱਛਾ ਤੁਸੀਂ ਇੱਕ ਵਾਰੀ ਪੌਦਾ ਲਾ ਦਿਓ ਹਾਂਜੀ ਉਦੋਂ ਬਾਅਦ ਤੁਹਾਨੂੰ ਲੋੜ ਨਹੀਂ ਲਾਉਣ ਦੀ ਜੀ ਇਹਨਾਂ ਦੇ ਟਮਾਟੀਆਂ ਲੱਗਦੀਆਂ ਉਹ ਟਮਾਟੀਆਂ ਨੂੰ ਪੰਛੀ ਖਾਂਦੇ ਆ ਜੀ ਠੀਕ ਹੈ ਜੀ ਪੰਛੀ ਤੁਸੀਂ ਪੌਦਾ ਤਾਂ ਇੱਥੇ ਲਾਤਾ ਨਾ ਬਰਨਾਲੇ 'ਚ ਲਾਤਾ ਪੰਛੀ ਨੇ ਉਹ ਟਮਾਟੀ ਖਾ ਲਈ ਇੱਥੋਂ ਕਿਤੇ ਦੂਰ ਵੱਗ ਗਿਆ ਧੌਲੇ ਵੱਗ ਗਿਆ ਜੀ ਠੀਕ ਹੈ ਉੱਥੇ ਉਹਨੇ ਵਿੱਠ ਕਰਤੀ ਜੀ ਉੱਥੇ ਪਿਲਕਣ ਹਰੀ ਹੋ ਗਈ
ਜਾਂ ਕੁਛ ਵੀ ਨਿੰਮ ਲਾ ਲਿਆ ਜਾਂ ਕੁਛ ਵੀ ਹਾਂ ਉੱਥੇ ਕਰਤਾ ਉੱਥੇ ਹਰਾ ਹੋ ਗਿਆ ਜੀ, ਉਹਨੇ ਆਪ ਹੀ ਚੱਲ ਪੈਣਾ, ਆਪ ਹੀ ਚੱਲ ਪੈਣਾ, ਚੀਜ਼ ਜੋ ਲਾ ਉਹ ਗਾਹਾਂ ਗਾਹਾਂ ਆਪ ਹੀ ਚੱਲੀ ਜਾਵੇ, ਕੁਦਰਤ ਦਾ ਨਿਯਮ ਹੈ ਵੀ ਅੱਗੇ ਦੇ ਅੱਗੇ ਫੈਲਦੀ ਆ। ਹਾਂਜੀ ਹਾਂਜੀ, ਉਹ ਹੁਣ ਲੋਕਾਂ ਨੇ ਕੀ ਦੇਖੋ ਬੂਟਾ 100 ਲਾਉਣਾ ਚੱਲਦਾ, ਇੱਕ ਨਹੀਂ ਲਾ ਕੇ ਫੋਟੋ ਖਿਚਾ ਕੇ ਚੱਲੋ ਜੀ, ਨਾਲੇ ਤਾਂ ਪੈਸੇ ਗਏ, ਨਾਲੇ ਬੂਟੇ ਦੀ ਜਾਨ ਗਈ, ਉਹਨਾਂ ਕੋਲ ਕੀ ਰਹਿ ਇਕੱਲੀ ਫੋਟੋ ਰਹੇ, ਫੋਟੋ ਰਹਿ ਗਈ। ਉਹ ਤੁਸੀਂ ਬੂਟੇ ਦੋ ਹੀ ਲਾ ਦਿਓ, ਉਹਨੂੰ ਪਾਣੀ ਦੇ ਕੇ ਇਸ ਤਰ੍ਹਾਂ ਤੁਸੀਂ ਵੱਡਾ ਕਰ, ਵੱਡਾ ਕਰ, ਹੋਰ ਕੁਛ ਇਹ ਜ਼ਿੰਦਗੀ ਦਾ ਅਸਲੀ ਜਿਹੜਾ। ਸੋ ਅਖੀਰ ਦੇ ਵਿੱਚ ਕਿਰਪਾ ਕਰਕੇ ਤੁਸੀਂ ਵੀ ਆਪਣਾ ਇੱਥੋਂ ਦਾ ਐਡਰੈਸ ਅਤੇ ਆਪਣਾ ਨਾਮ ਅਤੇ ਮੋਬਾਈਲ ਨੰਬਰ ਦੱਸ ਦਿਓ, ਤਾਂ ਜੋ ਜੇ ਕਿਸੇ ਕਿਸਾਨ ਭਰਾ ਨੇ ਆਪਣੀ ਨਰਸਰੀ ਹੈ ਜੀ ITI ਚੌਂਕ 'ਚ। ਅੱਛਾ ਜੀ, ITI ਚੌਂਕ ਤੋਂ ਜਦੋਂ ਆਪਾਂ ਕਚਹਿਰੀ ਚੌਂਕ ਨੂੰ ਜਾਂਦੇ ਹਾਂ ਜੀ, ਆਪਣੀ ਨਰਸਰੀ ਹੈ ਦੁਰਗਾ ਨਰਸਰੀ ਹੈ ਜੀ। ਜੀ, ਮੇਰਾ ਨਾਮ ਸਾਫਿਰ ਚੌਧਰੀ ਹੈ ਜੀ, ਅਤੇ ਮੇਰਾ ਫੋਨ ਨੰਬਰ ਹੈ ਜੀ 9417 ਜੀ 77270 ਜੀ। ਠੀਕ ਹੈ ਜੀ, 9417-77-270 ਇਹ ਇਹਨਾਂ ਦਾ ਚੌਧਰੀ ਸਾਹਿਬ ਦਾ ਨੰਬਰ ਹੈ। ਸੋ ਕਿਰਪਾ ਕਰਕੇ ਇਹਨੂੰ ਅੱਗੇ ਜੇ ਕਿਸੇ ਨੂੰ ਲੋੜ ਹੋਵੇ ਸੰਪਰਕ ਕਰ ਲੈਣਾ, ਅਤੇ ਬੇਨਤੀ ਜ਼ਰੂਰ ਕਰੂੰਗਾ ਸ਼ੇਅਰ ਇਹਨੂੰ ਵੱਧ ਤੋਂ ਵੱਧ ਜ਼ਰੂਰ ਕਰ ਦਿਓ, ਕੰਮ ਦੀਆਂ ਗੱਲਾਂ ਨੇ ਇਹ। ਬਾਕੀ ਜਿਵੇਂ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ, ਜਿਵੇਂ ਲੋਕ ਕੀ ਕਰਦੇ ਨੇਗੇ, ਜਿਵੇਂ ਹੁਣ ਆਹ ਹੈ ਜੀ ਗੁਲਮੋਹਰ ਦਾ ਪੌਦਾ, ਠੀਕ ਹੈ ਜੀ, ਜਿਵੇਂ ਆਹ ਮੌਲਸਰੀ ਹੈ, ਅਮਲਤਾਸ ਹੈ, ਜਕਰੰਡਾ, ਠੀਕ ਹੈ, ਕਚਨਾਰ ਹੈ, ਚਕਰੇਸੀਆ, ਉਹਦਾ ਕੀ ਹੈ ਮੇਨ ਮੇਰਾ ਕਹਿਣ ਦਾ ਮਤਲਬ ਵੀ ਤੁਸੀਂ ਟ੍ਰੀ ਗਾਰਡ 'ਤੇ 1000 ਰੁਪਇਆ ਲਾ ਦਿੰਦੇ ਹੋ ਜੀ, ਸੋਚਣ ਵਾਲੀ ਗੱਲ ਆ ਵੀ ਟ੍ਰੀ ਗਾਰਡ ਤੁਸੀਂ 1000 ਰੁਪਇਆ ਲਾ ਦਿੰਦੇ ਹੋ, ਵਿੱਚ ਬੂਟਾ ਲਾ ਦਿੰਦੇ ਹੋ ਲਿਆ ਕੇ 30 ਰੁਪਈਆਂ ਵਾਲਾ, 30 ਰੁਪਏ ਵਾਲਾ, ਉਹ ਪੈ ਗਿਆ 1030 ਰੁਪਈਆਂ ਦਾ। ਜੇ ਤੁਸੀਂ ਬੂਟਾ ਹੀ 8-9 ਫੁੱਟ ਦਾ 15 ਫੁੱਟ ਦਾ 600-700 ਦਾ ਖਰੀਦ ਕੇ ਲਾ ਦਿਓ, ਟ੍ਰੀ ਗਾਰਡ ਦੀ ਲੋੜ ਨਹੀਂ, ਅਤੇ ਜਿਹੜਾ 6-7-15 ਫੁੱਟ ਦਾ ਬੂਟਾ ਲੱਗ ਗਿਆ ਜੀ, ਉਹ ਐਂ ਲਾ ਲਓ ਵੀ 2 ਸਾਲ 'ਚ ਦਰਖਤ ਬਣ ਜੂ ਜੀ, ਕਿੱਥੇ ਜਿਹੜਾ 30 ਰੁਪਏ ਵਾਲਾ ਬੂਟਾ ਲਾਓਗੇ ਸਾਲ 'ਚ ਕਿਤੇ 15 ਫੁੱਟ ਜਾਂ 2 ਸਾਲ 'ਚ 15 ਫੁੱਟ ਦਾ ਹੋਊਗਾ। ਇਹ ਇਹ ਇੱਕ ਵੱਡੀ ਗੱਲ ਹੈ, ਅੱਜ ਕੱਲ੍ਹ ਨਾ ਆਪਾਂ ਕਹਿ ਦਿੰਦੇ ਵੀ ਬੂਟੇ ਲਾਉਣੇ ਸੀ, ਟ੍ਰੀ ਗਾਰਡ ਹੈ ਨਹੀਂ ਸਾਡੇ ਕੋਲ, ਟ੍ਰੀ ਗਾਰਡ ਮੁਹੱਈਆ ਕਰੋ, ਉਹਦਾ ਹੱਲ ਦੱਸਤਾ ਵੀ ਪਹਿਲਾਂ ਹੀ, ਜਿਹੜੇ ਵੱਡੇ ਬੂਟੇ ਨੇ ਜੇ ਆਪਾਂ ਉਹੀ ਲਾ ਦਈਏ ਨਾਲੇ ਤਾਂ ਆਪਣੀ ਸਿਰਦਰਦੀ ਘੱਟ ਜੂਗੀ, ਟ੍ਰੀ ਗਾਰਡ ਤੁਸੀਂ ਬਣਵਾਉਂਦੇ ਹੋ ਚੱਕੀ ਫਿਰਦੇ ਹੋ, ਜੇ ਬੂਟਾ ਹੀ ਵੱਡਾ ਲੱਗ ਜੂਗਾ ਤਾਂ। ਉਹ ਆਪਣੇ ਬਠਿੰਡੇ ਨਰਸਰੀ ਹੈ ਮੇਰਾ ਯਾਰ ਆ ਬਿੱਪਨ, ਅਤੇ ਉਹਨਾਂ ਨੇ ਹੁਣ ਕੱਲ੍ਹ ਉਹਨਾਂ ਨੇ ਵੀਡੀਓ ਪਾਈ ਸੀ, ਉਹਨਾਂ ਨੇ ਪਿੱਪਲ ਦੇ ਬੂਟੇ ਲਾਏ ਨੇ, ਘੱਟੋ ਘੱਟ ਐਂ ਲਾ ਕੇ ਚੱਲੋ ਵੀ ਇੰਨਾ ਮੋਟਾ ਹੋਊਗਾ ਜੀ। ਅੱਛਾ, ਠੀਕ ਹੈ, ਅਤੇ ਉਹਦੀ ਐਂ ਲੱਗ ਜੂ ਆਹ ਡੇਕ ਜਿੰਨਾ ਹੋਊਗਾ ਜੀ। ਅੱਛਾ, ਇੰਨੇ ਬੂਟੇ ਲੱਗਣ ਦੇ ਵਿੱਚੋਂ ਚੱਲ ਪੈਂਦੇ ਨੇ ਮੁੜ ਕੇ ਉਹ? ਜੇ ਮੰਨ ਲਓ ਜੀ ਹੁਣ ਜੇ ਤੁਸੀਂ 50 ਬੂਟੇ ਲਾਤੇ, ਜੇ ਉਹਦੇ 'ਚ 5 ਮਰ ਗਏ ਕੋਈ ਵੱਡੀ ਗੱਲ ਨਹੀਂ? ਨਹੀਂ ਨਹੀਂ, ਜ਼ਿਆਦਾਤਰ ਮਤਲਬ ਇੰਨਾ ਬੂਟਾ ਜਿਹੜਾ ਆਸਾਨੀ ਨਾਲ ਚੱਲ ਪੈਂਦਾ ਹੈ। ਹਾਂਜੀ ਹਾਂ, ਕੋਈ ਦਿੱਕਤ, ਕਿਉਂਕਿ ਸੇਫਟਿੰਗ ਹੁੰਦਾ। ਹੁਣ ਜਿਵੇਂ ਉਹਦੇ ਪੌਦੇ ਪਏ ਨੇਗੇ, ਠੀਕ ਹੈ, ਜੇ ਇਹਦੀ ਜੜ ਲੱਗੀ ਹੋਵੇ ਥੱਲੇ, ਇਹਨੂੰ ਪੱਟ ਕੇ ਦਈਏ, ਫਿਰ ਤਾਂ ਕੁਛ ਚਾਂਸ ਹੈਗੇ ਮਰਨ ਦੇ, ਨਹੀਂ ਤਾਂ ਪੌਦਾ ਮਰਦਾ ਨਹੀਂ। ਅੱਛਾ, ਮਤਲਬ ਜਿਵੇਂ ਤੁਸੀਂ ਇਹਦੇ ਵਿੱਚ ਰੱਖੇ ਹੋਏ ਨੇ ਪੈਕ ਕਰਕੇ, ਜੇ ਆਪਾਂ ਐਂ ਲੱਗਦੇ ਵੱਡਾ ਬੂਟਾ ਵੀ ਉਹਦਾ ਕੋਈ ਨੁਕਸਾਨ ਨਹੀਂ, ਉਹਦਾ ਕੋਈ ਨੁਕਸਾਨ ਨਹੀਂ, ਤੁਹਾਡਾ ਟ੍ਰੀ ਗਾਰਡ ਦਾ ਖਰਚਾ ਵੱਜਦਾ। ਮੰਨ ਲਓ ਟ੍ਰੀ ਗਾਰਡ ਹੋ ਗਿਆ ਤੁਹਾਡਾ 1000 ਰੁਪਏ ਦਾ, 30 ਰੁਪਏ ਦਾ ਬੂਟਾ ਹੋ ਗਿਆ, 130 ਰੁਪਏ ਹੋ ਗਿਆ। ਜੇ ਤੁਸੀਂ ਜ਼ੋਰ ਮਾਰ ਕੇ ਹੁਣ ਇਹ ਪੌਦਾ ਜਿਹੜਾ ਇਹ ਗੁਲਮੋਹਰ ਦਾ ਹੈਗਾ ਜੀ, ਘੱਟੋ ਘੱਟ 10 ਫੁੱਟ ਦਾ ਜੀ, ਮੈਂ ਇਹ 200 ਰੁਪਇਆ ਦਿੰਦਾ ਜੀ। ਅੱਛਾ, ਠੀਕ ਹੈ ਠੀਕ ਹੈ, ਜਿਵੇਂ ਅਮਲਤਾਸ ਵਗੈਰਾ ਹੋਰ ਮੈਂ 200 ਰੁਪਇਆ ਦਿੰਦਾ ਜੀ। ਠੀਕ ਹੈ, ਇਹਨੂੰ ਟ੍ਰੀ ਗਾਰਡ ਦੀ ਕੋਈ ਉਹ ਨਹੀਂ, ਇਹ 2 ਸਾਲ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਆਪਦੇ ਹੱਥ ਨਾਲ ਮੇਰੀ ਨਰਸਰੀ 'ਚ ਲਾ ਦਿਓ, 1 ਸਾਲ ਬਾਅਦ ਆਏ ਤੁਹਾਨੂੰ ਦਰਖਤ ਐਂ ਬਣਿਆ ਹੋਇਆ ਦਿਖਾਊਂਗਾ। ਠੀਕ ਹੈ ਜੀ, ਇਹ ਗੁਲਮੋਹਰ ਆ ਦੇਖ, ਠੀਕ, ਵੱਡੇ ਪੌਦਿਆਂ ਦਾ ਲਾਉਣ ਦਾ ਇਹ ਛੋਟਾ। ਸੋ ਚਲੋ, ਅਖੀਰ ਦੇ ਵਿੱਚ ਹੁਣ ਬੇਨਤੀ ਆ, ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦਾ ਹਾਂ, ਬਾਬਾ ਬੋਰਡ ਪੇਜ ਦੇ ਉੱਤੇ ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਵਧੀਆ ਚੱਜ ਦੀਆਂ ਅਤੇ ਕੰਮ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਅਸੀਂ ਅੱਗੇ ਲਿਆ ਸਕੀਏ, ਅਜਿਹੇ ਵੀਰ ਨੇ ਜਿਹੜੇ ਉਹਨਾਂ ਨੂੰ ਤੁਹਾਡੇ ਅੱਗੇ ਲਿਆ ਸਕੀਏ, ਤਾਂ ਜੋ ਆਪਾਂ ਨੂੰ ਕੋਈ ਥੋੜ੍ਹੀ ਬਹੁਤੀ ਜਾਣਕਾਰੀ ਮਿਲ ਸਕੇ।